सुनिया होगा कि जेडे लोग मोटापे नु घटाने लई कई बार एक टाइम का खाना छड़ दिंदे, कई बार दो टाइम का खाना छड़दे, वह कितना सही है? वह तो बिल्कुल ही गलत है। तुसी वह चीज़ नहीं करनी जिहड़ी चीज़ तुसी लोंग टर्म नहीं फॉलो कर सकते। एक है क्रैश डाइट्स ले लैन के, उल्टी सीधी चीज़ा ले लैन के, वह चीज़ बिल्कुल ही नहीं करनी। दे हैव टू कम, इसीलिए तो यह खुलिया, इस सबनों ये दस्या जाएगा किहड़ा पेशेंट ਕਿਹੜਾ ਪੇਸ਼ੈਂਟ ਇਹਨੂੰ ਸਰਜਰੀ ਕਰਾਉਣੀ ਹੈ, ਕਿਹੜੇ ਪੇਸ਼ੈਂਟ ਨੂੰ ਡਾਇਟ ਕਰਨੀ ਹੈ, ਕਿ ਇਹਦੇ ਵਾਸਤੇ ਹੀ ਇਹ ਕਨਸੈਪਚੁਲਾਈਜ਼ ਕੀਤਾ ਗਿਆ। ਜਿਹੜਾ ਹੁਣ ਆ ਗਿਆ ਆਪਣਾ ਜਿੱਦਾਂ ਬੀ ਐੱਮ ਆਈ 40 ਤੋਂ ਉੱਤੇ ਚਲਾ ਗਿਆ, ਬੀ ਐੱਮ ਆਈ ਹੁੰਦਾ ਵੇਟ ਅਪੋਨ ਹਾਈਟ ਇਨ ਮੀਟਰ ਸਕੁਅਰ, ਅਤੇ ਇਹਦਾ ਜਿਹੜਾ 40 ਤੋਂ ਉੱਪਰ ਚਲਾ ਗਿਆ, ਇਹਨੂੰ ਜੇ 5 ਕਿਲੋ ਵੇਟ ਘਟਾ ਵੀ ਲਿਆ 170 ਤੋਂ 165 ਆ ਜਾਊਗਾ ਤਾਂ ਵੀ ਕੋਈ ਗੱਲ ਨਹੀਂ ਬਣੇਗੀ, ਤਾਂ ਉਹਨੂੰ ਸਰਜਰੀ ਹੀ ਕਰਾ ਕੇ ਹੈਲਦੀ ਲਾਈਫ ਸਟਾਈਲ 'ਤੇ। ਸੁਣਿਆ ਹੋਊਗਾ ਕਿ ਜਿਹੜੇ ਲੋਕ ਮੋਟਾਪੇ ਨੂੰ ਘਟਾਉਣ ਲਈ ਕਈ ਵਾਰ ਇੱਕ ਟਾਈਮ ਦਾ ਖਾਣਾ ਛੱਡ ਦਿੰਦੇ, ਕਈ ਵਾਰ ਦੋ ਟਾਈਮ ਦਾ ਖਾਣਾ ਛੱਡਦੇ, ਉਹ ਕਿੰਨਾ ਸਹੀ ਆ? ਉਹ ਤਾਂ ਬਿਲਕੁਲ ਹੀ ਗਲਤ ਹੈ। ਤੁਸੀਂ ਉਹ ਚੀਜ਼ ਨਹੀਂ ਕਰਨੀ ਜਿਹੜੀ ਚੀਜ਼ ਤੁਸੀਂ ਲੋਂਗ ਟਰਮ ਨਹੀਂ ਫੋਲੋ ਕਰ ਸਕਦੇ। ਇੱਕ ਕਰੈਸ਼ ਡਾਇਟਸ ਲੈ ਲੈਣ ਕੇ, ਉਲਟੀ ਸਿੱਧੀ ਚੀਜ਼ਾਂ ਲੈ ਲੈਣ ਕੇ, ਉਹ ਚੀਜ਼ ਬਿਲਕੁਲ ਹੀ ਨਹੀਂ ਕਰਨੀ। ਦੇ ਹੈਵ ਟੂ ਕਮ, ਇਸੇ ਲਈ ਤਾਂ ਇਹ ਖੁੱਲਿਆ, ਇਸ ਸਭ ਨੂੰ ਇਹ ਦੱਸਿਆ ਜਾਏਗਾ ਕਿਹੜਾ ਪੇਸ਼ੈਂਟ ਇਹਨੂੰ ਸਰਜਰੀ ਕਰਾਉਣੀ ਹੈ, ਕਿਹੜੇ ਪੇਸ਼ੈਂਟ ਨੂੰ ਡਾਇਟ ਕਰਨੀ ਹੈ, ਕਿ ਇਹਦੇ ਵਾਸਤੇ ਹੀ ਇਹ ਕਨਸੈਪਚੁਲਾਈਜ਼ ਕੀਤਾ ਗਿਆ। ਜਿਹੜਾ ਹੁਣ ਆ ਗਿਆ ਆਪਣਾ ਜਿੱਦਾਂ ਬੀ ਐੱਮ ਆਈ 40 ਤੋਂ ਉੱਤੇ ਚਲਾ ਗਿਆ, ਬੀ ਐੱਮ ਆਈ ਹੁੰਦਾ ਵੇਟ ਅਪੋਨ ਹਾਈਟ ਇਨ ਮੀਟਰ ਸਕੁਅਰ, ਅਤੇ ਇਹਦਾ ਜਿਹੜਾ 40 ਤੋਂ ਉੱਪਰ ਚਲਾ ਗਿਆ, ਇਹਨੂੰ ਜੇ 5 ਕਿਲੋ ਵੇਟ ਘਟਾ ਵੀ ਲਿਆ 170 ਤੋਂ 165 ਆ ਜਾਊਗਾ ਤਾਂ ਵੀ ਕੋਈ ਗੱਲ ਨਹੀਂ ਬਣੇਗੀ, ਤਾਂ ਉਹਨੂੰ ਸਰਜਰੀ ਹੀ ਕਰਾ ਕੇ ਹੈਲਦੀ ਲਾਈਫ ਸਟਾਈਲ 'ਤੇ। ਸੁਣਿਆ ਹੋਊਗਾ ਕਿ ਜਿਹੜੇ ਲੋਕ ਮੋਟਾਪੇ ਨੂੰ ਘਟਾਉਣ ਲਈ ਕਈ ਵਾਰ ਇੱਕ ਟਾਈਮ ਦਾ ਖਾਣਾ ਛੱਡ ਦਿੰਦੇ, ਕਈ ਵਾਰ ਦੋ ਟਾਈਮ ਦਾ ਖਾਣਾ ਛੱਡਦੇ, ਉਹ ਕਿੰਨਾ ਸਹੀ ਆ? ਉਹ ਤਾਂ ਬਿਲਕੁਲ ਹੀ ਗਲਤ ਹੈ। ਤੁਸੀਂ ਉਹ ਚੀਜ਼ ਨਹੀਂ ਕਰਨੀ ਜਿਹੜੀ ਚੀਜ਼ ਤੁਸੀਂ ਲੋਂਗ ਟਰਮ ਨਹੀਂ ਫੋਲੋ ਕਰ ਸਕਦੇ। ਇੱਕ ਕਰੈਸ਼ ਡਾਇਟਸ ਲੈ ਲੈਣ ਕੇ, ਉਲਟੀ ਸਿੱਧੀ ਚੀਜ਼ਾਂ ਲੈ ਲੈਣ ਕੇ, ਉਹ ਚੀਜ਼ ਬਿਲਕੁਲ ਹੀ ਨਹੀਂ ਕਰਨੀ। ਦੇ ਹੈਵ ਟੂ ਕਮ, ਇਸੇ ਲਈ ਤਾਂ ਇਹ ਖੁੱਲਿਆ, ਇਸ ਸਭ ਨੂੰ ਇਹ ਦੱਸਿਆ ਜਾਏਗਾ ਕਿਹੜਾ ਪੇਸ਼ੈਂਟ ਇਹਨੂੰ ਸਰਜਰੀ ਕਰਾਉਣੀ ਹੈ, ਕਿਹੜੇ ਪੇਸ਼ੈਂਟ ਨੂੰ ਡਾਇਟ ਕਰਨੀ ਹੈ, ਕਿ ਇਹਦੇ ਵਾਸਤੇ ਹੀ ਇਹ ਕਨਸੈਪਚੁਲਾਈਜ਼ ਕੀਤਾ ਗਿਆ। ਜਿਹੜਾ ਹੁਣ ਆ ਗਿਆ ਆਪਣਾ ਜਿੱਦਾਂ ਬੀ ਐੱਮ ਆਈ 40 ਤੋਂ ਉੱਤੇ ਚਲਾ ਗਿਆ, ਬੀ ਐੱਮ ਆਈ ਹੁੰਦਾ ਵੇਟ ਅਪੋਨ ਹਾਈਟ ਇਨ ਮੀਟਰ ਸਕੁਅਰ, ਅਤੇ ਇਹਦਾ ਜਿਹੜਾ 40 ਤੋਂ ਉੱਪਰ ਚਲਾ ਗਿਆ, ਇਹਨੂੰ ਜੇ 5 ਕਿਲੋ ਵੇਟ ਘਟਾ ਵੀ ਲਿਆ 170 ਤੋਂ 165 ਆ ਜਾਊਗਾ ਤਾਂ ਵੀ ਕੋਈ ਗੱਲ ਨਹੀਂ ਬਣੇਗੀ, ਤਾਂ ਉਹਨੂੰ ਸਰਜਰੀ ਹੀ ਕਰਾ ਕੇ ਹੈਲਦੀ ਲਾਈਫ ਸਟਾਈਲ 'ਤੇ। ਸੁਣਿਆ ਹੋਊਗਾ ਕਿ ਜਿਹੜੇ ਲੋਕ ਮੋਟਾਪੇ ਨੂੰ ਘਟਾਉਣ ਲਈ ਕਈ ਵਾਰ ਇੱਕ ਟਾਈਮ ਦਾ ਖਾਣਾ ਛੱਡ ਦਿੰਦੇ, ਕਈ ਵਾਰ ਦੋ ਟਾਈਮ ਦਾ ਖਾਣਾ ਛੱਡਦੇ, ਉਹ ਕਿੰਨਾ ਸਹੀ ਆ? ਉਹ ਤਾਂ ਬਿਲਕੁਲ ਹੀ ਗਲਤ ਹੈ। ਤੁਸੀਂ ਉਹ ਚੀਜ਼ ਨਹੀਂ ਕਰਨੀ ਜਿਹੜੀ ਚੀਜ਼ ਤੁਸੀਂ ਲੋਂਗ ਟਰਮ ਨਹੀਂ ਫੋਲੋ ਕਰ ਸਕਦੇ। ਇੱਕ ਕਰੈਸ਼ ਡਾਇਟਸ ਲੈ ਲੈਣ ਕੇ, ਉਲਟੀ ਸਿੱਧੀ ਚੀਜ਼ਾਂ ਲੈ ਲੈਣ ਕੇ, ਉਹ ਚੀਜ਼ ਬਿਲਕੁਲ ਹੀ ਨਹੀਂ ਕਰਨੀ। ਦੇ ਹੈਵ ਟੂ ਕਮ, ਇਸੇ ਲਈ ਤਾਂ ਇਹ ਖੁੱਲਿਆ, ਇਸ ਸਭ ਨੂੰ ਇਹ ਦੱਸਿਆ ਜਾਏਗਾ ਕਿਹੜਾ ਪੇਸ਼ੈਂਟ ਇਹਨੂੰ ਸਰਜਰੀ ਕਰਾਉਣੀ ਹੈ, ਕਿਹੜੇ ਪੇਸ਼ੈਂਟ ਨੂੰ ਡਾਇਟ ਕਰਨੀ ਹੈ, ਕਿ ਇਹਦੇ ਵਾਸਤੇ ਹੀ ਇਹ ਕਨਸੈਪਚੁਲਾਈਜ਼ ਕੀਤਾ ਗਿਆ। ਜਿਹੜਾ ਹੁਣ ਆ ਗਿਆ ਆਪਣਾ ਜਿੱਦਾਂ ਬੀ ਐੱਮ ਆਈ 40 ਤੋਂ ਉੱਤੇ ਚਲਾ ਗਿਆ, ਬੀ ਐੱਮ ਆਈ ਹੁੰਦਾ ਵੇਟ ਅਪੋਨ ਹਾਈਟ ਇਨ ਮੀਟਰ ਸਕੁਅਰ, ਅਤੇ ਇਹਦਾ ਜਿਹੜਾ 40 ਤੋਂ ਉੱਪਰ ਚਲਾ ਗਿਆ, ਇਹਨੂੰ ਜੇ 5 ਕਿਲੋ ਵੇਟ ਘਟਾ ਵੀ ਲਿਆ 170 ਤੋਂ 165 ਆ ਜਾਊਗਾ ਤਾਂ ਵੀ ਕੋਈ ਗੱਲ ਨਹੀਂ ਬਣੇਗੀ, ਤਾਂ ਉਹਨੂੰ ਸਰਜਰੀ ਹੀ ਕਰਾ ਕੇ ਹੈਲਦੀ ਲਾਈਫ ਸਟਾਈਲ 'ਤੇ